ਤੁਹਾਡੇ ਕਦਮਾਂ 'ਚ ਸਾਡਾ ਸਿਰ ਝੁਕਦਾ ਹੈ, ਜਿਨ੍ਹਾਂ ਨੇ ਸਾਡੇ ਹੌਂਸਲੇ ਨੂੰ ਬੁਲੰਦ ਰੱਖਿਆ, ਝੁਕਣ ਨਹੀਂ ਦਿੱਤਾ। ਬਾਕੀ ਨੰਬਰਦਾਰ ਨੇ ਦੱਸਤਾ ਰਾਜੇ ਨੇ ਵੀ ਪਹਿਲਾਂ ਵੀ ਸਾਡਾ ਜਿਹੜਾ ਭੱਠਾ ਬਹਾਇਆ ਸੋਸ਼ਲ ਮੀਡੀਆ ਨੇ ਬਿਠਾਇਆ, ਸਾਰੇ ਚੰਗੇ ਨਹੀਂ ਹੁੰਦੇ, ਸਾਰੇ ਮਾੜੇ ਨਹੀਂ ਹੁੰਦੇ, ਵਿੱਚ ਚੰਗੇ ਵੀ ਹੁੰਦੇ ਨੇ, ਵਿੱਚ ਮਾੜੇ ਵੀ ਹੁੰਦੇ ਨੇ। ਸੋਸ਼ਲ ਮੀਡੀਆ ਦੀ ਬਦੌਲਤ ਸਾਡਾ ਜਵਾਕ ਸਾਡੇ ਕੋਲੋਂ ਗਿਆ। ਜੇ ਬਲਤੇਜ ਪੰਨੂ ਐਡਾ ਸਮਝਦਾਰ ਅਤੇ ਇੰਨੀ ਦੁਨੀਆ ਉਹਦੇ 'ਤੇ ਮਾਣ ਕਰਦੀ ਸੀ, ਪੰਜਾਬ ਦਾ ਮਾਣ ਹੈ ਉਹ, ਪੰਜਾਬ ਸਰਕਾਰ ਦਾ, ਪੰਜਾਬ ਦਾ ਤਾਂ ਕਾਹਦਾ, ਸਾਡਾ ਤਾਂ ਅਸੀਂ ਤਾਂ ਹੁਣ ਲਾਹਣ 'ਤੇ ਹੀ ਪਾਵਾਂਗੇ ਸਾਰੀ ਜ਼ਿੰਦਗੀ, ਜਿੰਨਾ ਚਿਰ ਜਿਉਂਦੇ ਰਹਾਂਗੇ। ਪਰ ਉਹਨੇ ਸਾਡੇ ਬੱਚੇ ਦੀ ਸਿਕਿਉਰਿਟੀ ਲੀਕ ਕਰਕੇ ਸਾਡਾ ਪੁੱਤ ਸਾਡੇ ਹੱਥੋਂ ਖੋਹ ਲਿਆ। ਹੁਣ ਉਹਦੇ ਪਾਪਾ ਨੇ ਵਿਚਾਰੇ ਉਹਦੇ ਜਿਹੜੇ ਪਾਏ ਹੋਏ ਰਾਹਾਂ 'ਤੇ ਚੱਲ ਰਹੇ ਨੇ, ਉਹਦਾ ਕੰਮ ਧੰਦਾ ਸਵਾਰਨ ਦੇ ਲਈ ਉਹਨਾਂ ਨੂੰ ਕਿਤੇ ਨਾ ਕਿਤੇ ਹੁਣ ਰੋਜ਼ ਹੀ ਜਾਣਾ ਪਿਆ ਕਰੂਗਾ। ਹੁਣ ਇਹਦਾ ਮਤਲਬ ਇਹ ਥੋੜ੍ਹੀ ਹੈਗਾ ਵੀ ਤੁਸੀਂ ਜਾ ਕੇ ਉੱਥੇ ਦੁਨੀਆ ਦੇ ਸਾਹਮਣੋਂ ਕੀ ਮੰਗਦੇ ਹੋ ਸਾਡੇ ਤੋਂ? ਅਸੀਂ ਤਾਂ ਬਹੁਤ ਕੁਛ ਗਵਾ ਚੁੱਕੇ ਹਾਂ, ਸਾਡੇ ਕੋਲ ਤਾਂ ਹੁਣ ਹੈ ਹੀ ਕੱਖ ਨਹੀਂ ਰਿਹਾ। ਸਾਡੇ ਮੇਰੇ ਵੀਰ ਇਹਨਾਂ ਹਰਕਤਾਂ ਤੋਂ ਬਾਹਰ ਜਾਓ, ਖਬਰਾਂ ਹੋਰ ਬਥੇਰੀਆਂ ਹੈਗੀਆਂ ਨੇ ਲਾਉਣ ਵਾਲੀਆਂ, ਲਾਈ ਜਾਓ। ਅਸੀਂ ਤੁਹਾਨੂੰ ਰੋਕਿਆ ਨਹੀਂ, 7 ਮਹੀਨੇ ਹੋ ਗਏ, ਪਰ ਜਿਹੜੀ ਕੋਈ ਸੀਕ੍ਰੇਟ ਗੱਲ ਹੁੰਦੀ ਹੈ ਉਹਨੂੰ ਸੀਕ੍ਰੇਟ ਰੱਖਿਆ ਕਰੋ। ਬਾਕੀ ਪ੍ਰਸ਼ਾਸਨ ਨਾਲ ਸਾਨੂੰ ਕੋਈ ਗਿਲਾ ਨਹੀਂ, ਵਿਚਾਰੇ ਲੱਗ ਰਹੇ ਨੇ ਕੰਮ ਕਰਨ। ਆਪਾਂ ਤਾਂ ਕਹਿੰਦੇ ਹਾਂ ਵਧੀਆ ਚੰਗਾ ਮਾਹੌਲ ਦੇਣ ਸਾਡੇ ਬੱਚੇ ਨੇ ਜਿਹੜੇ। ਹੁਣ ਰੋਜ਼ ਸੁਣਦੇ ਹਾਂ ਫੇਸਬੁੱਕ 'ਤੇ, ਰੇਡੀਓ 'ਤੇ ਰੋਜ਼ ਆਈ ਜਾਂਦੇ ਨੇ, ਅੱਜ ਫਲਾਨੇ ਥਾਂ ਮਰ ਗਿਆ, ਅੱਜ ਧਮਕੇ ਥਾਂ ਮਰ ਗਿਆ। ਕਿੰਨਾ ਕੁ ਚਿਰ ਸਾਡੇ ਬੱਚੇ ਮਰੀ ਜਾਣਗੇ? ਕਿਉਂ ਨਹੀਂ ਮਾਹੌਲ ਸਮਾਰਦੇ? ਜੇ ਮਾਹੌਲ ਠੀਕ ਦੇਣਗੇ ਫੇਰ ਹੀ ਹੈ। ਚੰਦ ਪੈਸਿਆਂ ਦੀ ਖਾਤਰ ਸਾਰਾ ਕੁਛ ਕਰੀ ਜਾਂਦੇ ਨੇ ਲੋਕ, ਪੈਸਾ ਸਾਰਾ ਥੋੜ੍ਹਾ ਪੈਸਾ ਨਾਲ ਜਾਂਦਾ। ਪੈਸਾ ਤਾਂ ਸ਼ੁਭਦੀਪ ਨੇ ਬਥੇਰਾ ਕਮਾਇਆ ਸੀ, ਨਾਲ ਵੱਗ ਗਿਆ ਉਹਦੇ, ਜਾਂ ਅਸੀਂ ਸਾਡੇ ਕਿਹੜਾ ਨਾਲ ਵੱਗ ਜੂ, ਹੋਰ ਕਿਹੜਾ ਕਿਸੇ ਦੇ ਨਾਲ ਵੱਗ ਜੂ, ਪੈਸਾ ਕਿਸੇ ਦੇ ਨਾਲ ਨਹੀਂ ਜਾਂਦਾ। ਜੇ ਸ਼ੁਭਦੀਪ ਨੇ ਕੋਈ ਚੰਗਿਆਈ ਖੱਟੀ ਸੀ ਤਾਂ ਤੁਸੀਂ ਅੱਜ 7 ਮਹੀਨੇ ਹੋ ਗਏ, ਤੁਸੀਂ ਉਹਨੂੰ ਯਾਦ ਕਰਦੇ ਹੋ, ਕਰਦੇ ਰਹੋਗੇ। ਬੁਰੇ ਕੰਮਾਂ ਦਾ ਕੀ ਹੈ, ਬੁਰੇ ਕੰਮ ਤਾਂ ਕਰਕੇ ਲਾਹਣਤਾਂ ਹੀ ਪੈਂਦੀਆਂ ਹੁੰਦੀਆਂ ਨੇ। ਮੈਂ ਪ੍ਰਸ਼ਾਸਨ ਮੂਹਰੇ ਵੀ ਇਹੀ ਗੁਜ਼ਾਰਿਸ਼ ਕਰੂੰਗੀ ਵੀ ਚੰਗਾ ਮਾਹੌਲ ਸਿਰਜੋ, ਸਰਕਾਰਾਂ ਨੂੰ ਵੀ ਇਹੀ ਕਹੂੰਗੀ ਚੰਗਾ ਮਾਹੌਲ ਸਿਰਜੋ। ਆਪਾਂ ਨੂੰ ਫੇਸਬੁੱਕਾਂ 'ਤੇ ਬੋਲਣ ਦੀ ਲੋੜ ਨਹੀਂ ਪੈਣੀ, ਲੋਕ ਆਪਣੇ ਆਪ ਚੁਣ ਲੈਣਗੇ ਤੁਹਾਨੂੰ ਦੁਬਾਰਾ। ਪਰ ਜਿਹੜੇ ਹਾਲਾਤ ਹੁਣ ਬਣ ਰਹੇ ਨੇ, ਹੁਣ ਤਾਂ ਡਰ ਲੱਗਦਾ, ਬਾਹਰ ਨਿਕਲਣ ਤੋਂ ਵੀ ਡਰ ਲੱਗਦਾ। ਬਾਕੀ 6 ਮਹੀਨੇ ਹੋ ਗਏ ਸਾਨੂੰ, ਪਹਿਲਾਂ ਵੀ ਅਸੀਂ ਗੁਜ਼ਾਰਿਸ਼ ਕੀਤੀ ਸੀ ਅਤੇ ਜਿਹੜੀ ਆ ਝੜੀ ਲਾਈ ਆ ਬੱਚੇ ਦੇ ਗਾਣਿਆਂ ਦੀ ਲੀਕ ਕਰ ਕਰਕੇ, ਕੀ ਹੈ ਕੀ 4 ਪੈਸੇ ਨਹੀਂ ਖਾਤਰ, ਤੁਸੀਂ ਕਿਉਂ ਸਾਡਾ ਦਿਲ ਦਿਖਾਉਂਦੇ ਹੋ? ਬਹੁਤ ਮਨ ਦੁਖੀ ਹੁੰਦਾ। ਹੁਣ ਕੱਲ੍ਹ ਤਾਂ ਅਸੀਂ ਐਂ ਕਹਤਾ ਭਾਈ ਕਰ ਲਓ, ਸਾਡੀ ਤਾਂ ਕੋਈ ਪੇਸ਼ ਨਹੀਂ ਜਾਂਦੀ ਤੁਹਾਡੀ ਮੂਹਰੇ, ਸਾਡੀ ਤਾਂ ਪਹਿਲਾਂ ਸਾਨੂੰ ਵਾਹਿਗੁਰੂ ਨੇ ਇੱਥੇ ਕਰਤਾ, ਜੇ ਹੁਣ ਤੁਸੀਂ ਕਰ ਲਉਂਗੇ ਤਾਂ ਕੋਈ ਗੱਲ ਨਹੀਂ। ਪਰ ਮਨ ਬਹੁਤ ਦੁਖੀ ਹੁੰਦਾ ਵੀ ਤੁਸੀਂ ਉਹਦੀ ਮਿਹਨਤ ਨੂੰ ਐਂ ਖਰਾਬ ਨਾ ਕਰੋ। ਪਹਿਲਾਂ ਤਾਂ ਉਹ ਕਹਿ ਦਿੰਦਾ ਹੁੰਦਾ ਸੀ ਕੋਈ ਗੱਲ ਨਹੀਂ, ਜੇ ਲੀਕ ਹੋ ਗਿਆ ਆਪਾਂ ਹੋਰ ਕਰ ਲਾਂਗੇ, ਬਥੇਰੇ ਗਾਣੇ ਹੋਰ ਕਰ ਲਾਂਗੇ, ਮਾਂ ਤੁਸੀਂ ਐਂ ਨਾ ਕਰਿਆ ਕਰੋ। ਪਰ ਹੁਣ ਸਾਡੇ ਕੋਲ ਇੱਕੋ ਇੱਕ ਜ਼ਰੀਆ ਉਹਨੂੰ ਜ਼ਿੰਦਾ ਰੱਖਣ ਦਾ ਵੀ, ਅਸੀਂ ਉਹਨੂੰ ਵੱਧ ਤੋਂ ਵੱਧ ਟਾਈਮ ਜ਼ਿੰਦਾ ਰੱਖ ਸਕੀਏ ਵੀ ਪਲੀਜ਼ ਉਹਦੇ ਗੀਤ ਸਾਂਭ ਕੇ ਰੱਖੋ। ਜਿਹਦੇ ਕਿਸੇ ਕੋਲ ਹੈਗੇ ਵੀ ਹੈਗੇ ਨੇ, ਇੱਦਾਂ ਨਾ ਕਰੋ, ਸਾਡੇ ਮਨ ਨੂੰ ਬਹੁਤ ਦੁੱਖ ਹੁੰਦਾ। ਕੱਲ੍ਹ ਦਾ ਤਾਂ ਅਸੀਂ ਛੱਡ ਹੀ ਦਿੱਤਾ, ਖੜਾ ਸੀ ਵੀ ਚੱਲ ਸੁਣ ਲਓ ਭਾਈ, ਤੁਸੀਂ ਸੁਣ ਲੈਣੇ, 4 ਸਾਲ ਪਹਿਲਾਂ ਹੋਇਆ ਕਿ ਬਾਅਦ 'ਚ ਹੋਇਆ। ਪਰ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਆ, 5-4 ਲੋਕਾਂ ਨੇ ਤਾਂ ਸਾਡਾ ਐਡਾ ਨੱਕ 'ਚ ਦਮ ਕੀਤਾ ਹੋਇਆ, ਜਿੰਨਾ ਵੀ ਕਹਿ ਦਿਓ, ਸਾਡੇ ਤੋਂ ਕੀ ਮੰਗਦੇ? ਸਾਡੇ ਕੋਲ ਤਾਂ ਹੁਣ ਕੱਖ ਨਹੀਂ ਰਿਹਾ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਜੇ ਸਾਡਾ ਕੁਛ ਲੈ ਕੇ ਤੁਹਾਨੂੰ ਐਂ ਰਹਿੰਦਾ ਸੀਗਾ ਵੀ ਸਾਡਾ ਕੁਛ ਤੁਹਾਨੂੰ ਅਸੀਂ ਚੰਗੇ ਨਹੀਂ ਲੱਗਦੇ, ਸਾਡਾ ਜਵਾਕ ਰਹਿ ਜਾਂਦਾ, ਸਾਡਾ ਸਾਰਾ ਕੁਛ ਹੀ ਲੈ ਲੈਂਦੇ, ਕੀ ਕਰਨੀ ਆ ਅਸੀਂ ਇਹੋ ਜਿਹੀ ਦੌਲਤ? ਸੋਸ਼ਲ ਮੀਡੀਆ ਵਾਲੇ ਵੀਰਾਂ ਨੂੰ ਹੱਥ ਬੰਨ ਕੇ ਇਹੀ ਬੇਨਤੀ ਕਰੂੰਗੀ ਵੀ ਅਸੀਂ ਕਿਤੇ ਜਾਈਏ ਆਈਏ, ਸਾਡੇ ਬਾਰੇ ਕੋਈ ਕੁਛ ਨਾ ਬੋਲਿਆ ਕਰੋ, ਸਾਨੂੰ ਸਕੂਨ ਨਾਲ ਰਹਿ ਲੈਣ ਦਿਓ। ਸਕੂਨ ਤਾਂ ਸਾਡਾ ਪਰਮਾਤਮਾ ਨੇ ਖੋਲਿਆ, ਹੁਣ ਅਸੀਂ ਦੋਨੇ ਜੀ ਹਾਂ, ਅਸੀਂ ਦੋਨੇ ਜੀ ਵੀ ਨਹੀਂ ਸਕੂਨ ਨਾਲ ਰਹਿ ਸਕਦੇ। ਬਹੁਤ ਪਰਸੋਂ ਦਾ ਮਨ ਦੁਖੀ ਹੈ ਵੀ ਕੀ ਰੱਬਾ ਕਿਹੋ ਜਿਹੇ ਦਿਨ ਲਿਆ ਤੇ ਸਾਡੇ 'ਤੇ। ਅਸੀਂ ਤਾਂ ਜ਼ਿੰਦਗੀ 'ਚ ਵੀ ਨਹੀਂ ਸੋਚਿਆ ਸੀ ਕਦੇ ਕਿਸੇ ਦਾ ਮਾੜਾ ਵੀ ਜਾਂ ਕੋਈ ਇਹੋ ਜਿਹਾ ਟਾਈਮ ਆਊਗਾ ਸਾਡੇ 'ਤੇ, ਜਿਹੜੇ ਅਸੀਂ 3 ਜਣੇ 3 ਵੱਖ ਵੱਖ ਹੋ ਗਏ। ਬਾਕੀ ਤੁਹਾਡੇ ਅੱਗੇ ਮੇਰਾ ਸਿਰ ਝੁਕਦਾ, ਤੁਸੀਂ ਜਿਹੜਾ ਸਾਡੇ ਉਹਦੇ ਮੇਰੇ ਬੱਚੇ ਨੂੰ, ਤੁਹਾਡੇ ਆਪਦੇ ਬੱਚੇ ਨੂੰ ਤੁਸੀਂ ਇੰਨਾ ਯਾਦ ਕਰ ਰੱਖਿਆ, ਹਾਲ ਤੱਕ ਵੀ ਇੰਨੀ ਠੰਡ ਹੋਣ ਦੇ ਬਾਵਜੂਦ ਤੁਸੀਂ ਸਾਡੇ ਕੋਲ ਪਹੁੰਚ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ।